ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਤੁਹਾਡਾ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਅਫਤਰੋ ਇੰਟਰਨੈਸ਼ਨਲ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਜਰੂਰ ਕਰ ਲਓ ਤੇ ਅਗਰ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਰਨਾ ਜਿਹੜਾ ਬਿਲਕੁਲ ਨਾ ਭੁੱਲਿਓ ਹੁਣ ਜਿਹੜੀ ਪਹਿਲੀ ਖਬਰ ਹੈ ਜੀ ਇੱਕ ਸਪੈਸ਼ਲ ਖਬਰ ਹੈ ਹੋਇਆ ਇਸ ਤਰ੍ਹਾਂ ਕਿ ਇੰਡੀਆ ਦੇ ਵਿੱਚ ਤੁਸੀਂ ਜਿਹੜੇ ਕਾਲੇ ਕਾਂ ਦੇਖਦੇ ਹੋ ਇਹ ਹੌਲੀ-ਹੌਲੀ ਜਿਹੜਾ ਅਫਰੀਕੀ ਦੇਸ਼ ਹੈ ਜੀ ਪੂਰਬੀ ਅਫਰੀਕੀ ਦੇਸ਼ ਇਹ ਉੱਥੇ ਪਹੁੰਚਦੇ ਹਨ ਤੇ ਹੌਲੀ-ਹੌਲੀ ਜਿਹੜੀ ਪੂਰਬੀ ਅਫਰੀਕੀ ਦੇਸ਼ ਕਿਨੀਆ ਦੇ ਵਿੱਚ ਇਹਨਾਂ ਦੀ ਜਿਹੜੀ ਗਿਣਤੀ ਹੈ ਜੀ ਕਾਫੀ ਹੋ ਜਾਂਦੀ ਹੈ ਲੱਖਾਂ ਦੀ ਗਿਣਤੀ ਦੇ ਵਿੱਚ ਉੱਥੇ ਜਿਹੜੇ ਇੰਡੀਅਨ ਕਾਂ ਪਹੁੰਚ ਜਾਂਦੇ ਹਨ ਮਤਲਬ ਕਿ ਜਿਹੜਾ ਮੂਲ ਇਹਨਾਂ ਦਾ ਇੰਡੀਆ ਸੀ ਹੁਣ ਇਹਦੇ ਵਿੱਚ ਜਿਹੜੀ ਗੱਲ ਇੱਥੋਂ ਆ ਕੇ ਇੱਕ ਟਰਨ ਲੈਂਦੀ ਹੈ ਕਿ ਜਿਹੜੀ ਉੱਥੋਂ ਦੀ ਸਰਕਾਰ ਹੈ ਉਹਨੇ ਕਿਹਾ ਕਿ 2024 ਦੇ ਐਂਡ ਤੱਕ ਮਤਲਬ ਕਿ 31 ਦਸੰਬਰ 2024 ਤੱਕ ਤਕਰੀਬਨ ਕਹਿ ਸਕਦਾ ਕਿ ਉਹਨਾਂ ਦੇ 6 ਮਹੀਨੇ ਵਿੱਚ 10 ਲੱਖ ਜਿਹੜੇ ਇੰਡੀਅਨ ਕਾਂ ਹਨ ਇਹਨਾਂ ਨੂੰ ਮਾਰਨ ਦਾ ਆਦੇਸ਼ ਉੱਥੋਂ ਦੀ ਸਰਕਾਰ ਨੇ ਦਿੱਤਾ ਹੈ ਹੁਣ ਇਹਦੇ ਪਿੱਛੇ ਜਿਹੜਾ ਸਰਕਾਰ ਦਾ ਤਰਕ ਇਹ ਹੈ ਕਿ ਜਿਹੜੇ ਇਹ ਜਿਹੜੇ ਕਾਂ ਹਨ ਇਹ ਬਹੁਤ ਜ਼ਿਆਦਾ ਹਮਲਾਵਰ ਹਨ ਤੇ ਜਿਹੜੇ ਉੱਥੋਂ ਦੀ ਲੋਕਲ ਪੰਛੀ ਹਨ ਉਹਨਾਂ ਦੇ ਜਿਹੜੇ ਆਲ ਨੇ ਹੁੰਦੇ ਹਨ ਉਹਨਾਂ ਨੂੰ ਇਹ ਜਿਹੜੇ ਕਾਂ ਯਾਰਡ ਦਿੰਦੇ ਹਨ ਉਹਨਾਂ ਦੇ ਹਮਲਾ ਕਰਦੇ ਹਨ ਤੇ ਜਿਹੜੀ ਉਹਨਾਂ ਦੀਆਂ ਪ੍ਰਜਾਤੀਆਂ ਹਨ ਲੋਕਲ ਜਿਹੜੇ ਜਾਨਵਰ ਹਨ ਪੰਛੀ ਹਨ ਉਹਨਾਂ ਦੀਆਂ ਪ੍ਰਜਾਤੀਆਂ ਜਿਹੜੀਆਂ ਹੌਲੀ-ਹੌਲੀ ਖਤਮ ਹੋ ਰਹੀਆਂ ਹਨ ਤੇ ਜਿਹੜੇ ਲੋਕ ਉੱਥੇ ਐਜ਼ ਅ ਟੂਰਿਸਟ ਆਉਂਦੇ ਹਨ ਉਹ ਵੀ ਇਸ ਤੋਂ ਪ੍ਰਭਾਵਿਤ ਹੋ ਰਹੇ ਹਨ ਤੇ ਵਾਤਾਵਰਨ ਜਿਹੜਾ ਹੈ ਜੀ ਖਤਰੇ ਦੇ ਵਿੱਚ ਆ ਰਿਹਾ ਹੈ ਇਹ ਕਹਿਣਾ ਹੈ ਜੀ ਉੱਥੋਂ ਦੀ ਸਰਕਾਰ ਦਾ ਤੇ ਇਸ ਨੇ ਇਸ ਕਰਕੇ ਜਿਹੜਾ ਆਦੇਸ਼ ਪਾਰਿਤ ਕਰ ਦਿੱਤਾ ਹੈ ਅਗਲੀ ਖਬਰ ਜਿਹੜੀ ਹੈ ਜੀ ਇਟਲੀ ਦੇ ਨਾਲ ਸੰਬੰਧਤ ਹੈ ਇਹ ਵੀ ਤੁਹਾਨੂੰ ਹੀ ਦੱਸ ਰਹੇ ਹਾਂ ਕਿ ਇਟਲੀ ਦੇ ਵਿੱਚ ਸਾਲ 2024 ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਹੋਈਆਂ ਨੇ ਜਿਹੜੀਆਂ ਇੱਕ ਕੰਮਾਂ ਦੇ ਉੱਪਰ ਹੋਈਆਂ ਨੇ ਤੇ ਬਹੁਤ ਸਾਰੇ ਲੋਕਾਂ ਦੀ ਇਹਦੇ ਵਿੱਚ ਜਾਨ ਗਈ ਹੈ ਜਿਵੇਂ ਆਪਣੇ ਪੰਜਾਬੀ ਵੀਰ ਸਤਨਾਬ ਸਿੰਘ ਦੇ ਨਾਲ ਹੋਇਆ ਹੈ ਕੰਮ ਦੇ ਉੱਤੇ ਹਾਦਸਾ ਹੋਇਆ ਹੈ ਤੇ ਉਸ ਤੋਂ ਬਾਅਦ ਜਿਹੜਾ ਮਾਲਕ ਦੇ ਵੱਲੋਂ ਅਣਗਹਿਲੀ ਵਰਤੀ ਗਈ ਹੈ ਇਸੀ ਤਰ੍ਹਾਂ ਮਤਲਬ ਥੋੜੇ ਦਿਨਾਂ ਦੇ ਵਿੱਚ ਹੋਰ ਵੀ ਘਟਨਾਵਾਂ ਹੋਈਆਂ ਹਨ ਇਸ ਤੋਂ ਬਾਅਦ ਇਟਲੀ ਵਿੱਚ ਇੱਕ ਹੋਰ ਘਟਨਾ ਹੋਈ ਹੈ ਜਿਹਦੇ ਵਿੱਚ ਇੱਕ ਟੈਲੀਅਨ ਲੜਕਾ ਜਿਸ ਦਾ ਨਾਮ ਸੀ ਮੀਰਕੋ ਇਸਾ ਜਿਹੜਾ ਇੱਕ ਮਸ਼ੀਨ ਦੇ ਵਿੱਚ ਰੋਲਰ ਮਸ਼ੀਨ ਸੀ ਉਸ ਦੇ ਵਿੱਚ ਜਿਹੜਾ ਇਸ ਦਾ ਹੱਥ ਫਸ ਜਾਂਦਾ ਹੈ ਬਾਹ ਫਸ ਜਾਂਦੀ ਹੈ ਜਿਹੜੇ ਉਸ ਦੇ ਨਾਲ ਕੰਮ ਕਰਦੇ ਹੋਰ ਲੋਕ ਸਨ ਉਹਨਾਂ ਨੇ ਮਤਲਬ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਇਸ ਨੂੰ ਬਚਾਇਆ ਜਾਵੇ ਪਰੰਤੂ ਜਦ ਤੱਕ ਮਸ਼ੀਨ ਬੰਦ ਕਰਦਿਆਂ ਕਰਦਿਆਂ ਜਿਹੜੀ ਮਸ਼ੀਨ ਸੀ ਉਸ ਨੇ ਉਸ ਨੌਜਵਾਨ ਮੀਰਕੋ ਨੂੰ ਚੰਗੀ ਤਰ੍ਹਾਂ ਜਿਹੜਾ ਉਜਲ ਦਿੱਤਾ ਸੀ ਜਿਸ ਨਾਲ ਇਸ ਟਾਲੀਅਨ ਲੜਕੇ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਜਾਂਦੀ ਹੈ ਇਸੇ ਤਰ੍ਹਾਂ ਹੀ ਇੱਕ ਹੋਰ ਜਿਹੜੀ ਘਟਨਾ ਹੁੰਦੀ ਹੈ ਇਸੇ ਤਨਵੀਰ ਦੱਸਦੀ ਹੈ ਕਿ ਜਿਹੜੀ ਮੀਰਕੋ ਦੇ ਨਾਲ ਜਿਹੜੀ ਸਬੰਧਤ ਘਟਨਾ ਹੋਈ ਹੈ ਇਹ ਇੱਕ ਫਾਈਬਰ ਗਲਾਸ ਫੈਕਟਰੀ ਦੇ ਵਿੱਚ ਲੜਕਾ ਜਿਹੜਾ ਕੰਮ ਕਰਦਾ ਸੀ ਤੇ ਇਸ ਦੀ ਜਿਹੜੀ ਉਮਰ ਸੀ 34 ਸਾਲ ਦੀ ਸੀ ਲੰਬਾਰਦੀਆ ਸੂਬੇ ਦਾ ਜ਼ਿਲ੍ਹਾ ਮਾਨਟੋਵਾ ਪੈਂਦਾ ਹੈ ਜੀ ਇਹਦੇ ਵਿੱਚ ਇਹ ਨੌਜਵਾਨ ਕੰਮ ਕਰਦਾ ਸੀ ਇਸੇ ਤਰ੍ਹਾਂ ਲੰਬਾਰਦੀਆ ਸੂਬੇ ਦੇ ਵਿੱਚ ਇੱਕ ਹੋਰ ਟਾਲੀਅਨ ਨੌਜਵਾਨ ਜਿਹਦਾ ਨਾਮ ਸੀ ਪੀਅਰ ਪਾਲੋ ਜਿਸ ਦੀ ਉਮਰ ਦੱਸਿਆ ਗਿਆ ਕਿ 18 ਸਾਲ ਦੀ ਸੀ ਤੇ ਖੇਤੀਬਾੜੀ ਦਾ ਕੰਮ ਕਰ ਰਿਹਾ ਸੀ ਇਸ ਦੀ ਵੀ ਡੈਥ ਹੋ ਜਾਂਦੀ ਹੈ ਦੱਸਿਆ ਗਿਆ ਕਿ ਜਦੋਂ ਇਹ ਕਿਸੇ ਫਸਲ ਨੂੰ ਬੀਜ ਰਿਹਾ ਸੀ ਤਾਂ ਮਸ਼ੀਨ ਦਾ ਜਿਹੜਾ ਇੱਕ ਹਿੱਸਾ ਟੁੱਟ ਜਾਂਦਾ ਹੈ ਟੁੱਟੇ ਹੋਏ ਹਿੱਸੇ ਦੇ ਹੇਠਾਂ ਆਉਣ ਦੇ ਨਾਲ ਇਸ ਨੌਜਵਾਨ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਇਸ ਤਰ੍ਹਾਂ ਪਿਛਲੇ ਇੱਕ ਹਫ਼ਤੇ ਵਿੱਚ ਤਿੰਨ ਕਾਮਿਆਂ ਦੀ ਜਿਹੜੀ ਮੌਤ ਇਟਲੀ ਦੇ ਵਿੱਚ ਹੋਈ ਹੈ ਹੁਣ ਜਿਹੜੀਆਂ ਇੱਕ ਹਫ਼ਤੇ ਵਿੱਚ ਤਿੰਨ ਮੌਤਾਂ ਕਾਮਾਂ ਦੇ ਉੱਤੇ ਇਟਲੀ ਵਿੱਚ ਹੋਈਆਂ ਹਨ ਇਹਦੀ ਜਿਹੜੀ ਗੂੰਜ ਹੈ ਜੀ ਪੂਰੀ ਇਟਲੀ ਦੇ ਵਿੱਚ ਸੁਣਾਈ ਦੇ ਰਹੀ ਹੈ ਜੀ ਆਪਾਂ ਇੰਟੀ ਦੇ ਵਿੱਚ 2023 ਤੱਕ ਦੇਖੀ 2023 ਦੇ ਵਿੱਚ ਇੱਕ ਸਾਲ ਦੇ ਵਿੱਚ ਹੀ ਤਕਰੀਬਨ 1000 ਤੋਂ ਜ਼ਿਆਦਾ ਵਰਕਰ ਜਿਹੜੇ ਸਨ ਇਹਨਾਂ ਦੀ ਕੰਮਾਂ ਦੇ ਉੱਤੇ ਮੌਤ ਹੋਈ ਸੀ ਦੱਸਿਆ ਗਿਆ ਕਿ ਦਿੱਲੀ ਤਕਰੀਬਨ 3 ਦੀ ਜਿਹੜੀ ਐਵਰੇਜ ਨਿਕਲਦੀ ਹੈ ਤੇ ਹੁਣ ਵੀ ਜੇ ਆਪਾਂ 2024 ਦੀ ਗੱਲ ਕਰੀਏ ਤਕਰੀਬਨ 6 ਮਹੀਨਿਆਂ ਦੇ ਵਿੱਚ 492 ਵਰਕਰ ਜਿਹੜੇ ਹਨ ਇਹਨਾਂ ਦੀ ਜਿਹੜੀ ਜਾਨ ਜਾ ਚੁੱਕੀ ਹੈ ਕੰਮਾਂ ਦੇ ਉੱਤੇ ਤੇ ਇਹਨਾਂ ਦੇ ਵਿੱਚੋਂ ਸਤਨਾਮ ਸਿੰਘ ਵੀ ਇਹਨਾਂ ਦੇ ਵਿੱਚੋਂ ਇੱਕ ਬਦਨਸੀਬ ਨੌਜਵਾਨ ਹੈ ਜਿਹੜਾ ਕੀ ਕੰਮ ਦੇ ਦੌਰਾਨ ਜਿਸ ਦੀ ਡੈਥ ਹੋਈ ਹੈ ਤੇ ਸੋਮਾ ਵਿਦੇਸ਼ੀ ਨੌਜਵਾਨ ਹੈ ਚਲਦਿਆਂ ਜੀ ਅਗਲੀ ਖਬਰ ਦੇ ਉੱਤੇ ਅਰਮਨੀਆ ਦੇਸ਼ ਜਿਹੜਾ ਹੈ ਇਥੋਂ ਇੱਕ ਪੰਜਾਬੀਆਂ ਦੇ ਵਾਸੀ ਜਿਹੜੀ ਬੈਡ ਨਿਊਜ਼ ਆਈ ਹੈ ਇੱਕ ਆਦਮੀ ਜਿਸ ਦੀ ਉਮਰ 43 ਸਾਲ ਨਾਮ ਹੈ ਜੀ ਸੁਨੀਲ ਕੁਮਾਰ ਜਿਹੜਾ 6 ਮਹੀਨੇ ਪਹਿਲਾਂ ਹਰਮਨੀਆ ਦੇ ਵਿੱਚ ਜਾਂਦਾ ਹੈ ਕਿਉਂਕਿ ਘਰ ਦੀ ਜਿਹੜੀ ਹਾਲਤ ਠੀਕ ਨਹੀਂ ਸੀ ਇਸ ਕਰਕੇ ਬਾਹਰ ਜਾਣਾ ਜਿਹੜਾ ਇੱਕ ਮਜਬੂਰੀ ਸੀ ਤੇ ਰਮਨੀਆ ਵੀ ਦੱਸਿਆ ਗਿਆ ਕਿ ਇੱਕ ਫਰੂਟ ਦੀ ਦੁਕਾਨ ਦੇਤੇ ਜਿਹੜਾ ਵਿਅਕਤੀ ਸੀ ਇਹ ਕੰਮ ਕਰਦਾ ਸੀ ਬਾਕੀ ਦਿਨ ਜਿੱਦਾਂ ਇਹ ਕੰਮ ਕਰਦਾ ਸੀ ਉਸ ਦਿਨ ਵੀ ਇਸੇ ਤਰ੍ਹਾਂ ਕੰਮ ਕਰ ਰਿਹਾ ਸੀ ਇੱਕ ਤੇਜ਼ ਰਫ਼ਤਾਰ ਕਾਰ ਜਿਹੜੀ ਹੈ ਜੀ ਉਹਨਾਂ ਦੀ ਦੁਕਾਨ ਦੇ ਵਿੱਚ ਆ ਕੇ ਵੜ ਜਾਂਦੀ ਹੈ ਕਾਰ ਇੰਨੀ ਸਪੀਡ ਤੇ ਦੁਕਾਨ ਦੇ ਵਿੱਚ ਆ ਕੇ ਲੱਗਦੀ ਹੈਗੀ ਦੱਸਿਆ ਗਿਆ ਕਿ ਦੁਕਾਨ ਤੇ ਪਰਖ ਚ ਉੱਡ ਜਾਂਦੀ ਹੈ ਤੇ ਦੁਕਾਨ ਦੇ ਵਿੱਚ ਕੰਮ ਕਰ ਰਿਹਾ ਸੁਨੀਲ ਕੁਮਾਰ ਇਸ ਦੀ ਲਪੇਟ ਦੇ ਵਿੱਚ ਆ ਜਾਂਦਾ ਹੈ ਉਸ ਨੂੰ ਹਸਪੀਟਲ ਵੀ ਲਿਜਾਇਆ ਗਿਆ ਪਰੰਤੂ ਰਸਤੇ ਵਿੱਚ ਜਿਹੜੀ ਡੈਥ ਹੋ ਜਾਂਦੀ ਹੈ ਸਨੀਲ ਕੁਮਾਰ ਦਾ ਜਿਹੜਾ ਪਿਸ਼ੋਕੜ ਹੈ ਜੀ ਮਕੇਰੀਆਂ ਦੇ ਨੇੜੇ ਪਿੰਡ ਪੈਂਦਾ ਇਹਨੂੰ ਸ਼ਹਿਰਾ ਉੱਥੋਂ ਦਾ ਜਿਹੜਾ ਪਿਸ਼ੋਕੜ ਹੈ ਜੀ ਇਹਨਾਂ ਦਾ ਹੁਣ ਗੱਲ ਕਰਦੇ ਹਾਂ ਜੀ ਅਗਲੀ ਜਿਹੜੀ ਅਪਡੇਟ ਹੈ ਜੀ ਮਟਰਾਂ ਦੇ ਨਾਲ ਸਬੰਧਤ ਹੈ ਜੇ ਵਿੱਚ ਆਉਂਦਾ ਹੈ ਜੀ ਹਰੇ ਮਟਰ ਜਿਹੜੇ ਕਿ ਵੈਸੇ ਤਾਂ ਸਬਜ਼ੀਆਂ ਦੀ categories ਦੇ ਵਿੱਚ ਆਉਂਦੇ ਹਨ ਤੇ ਸਿਹਤ ਦੇ ਵਾਸਤੇ ਬਹੁਤ ਵਧੀਆ ਹੁੰਦੇ ਹਨ ਪਰੰਤੂ ਜਿ ਦੱਸਿਆ ਗਿਆ ਹੈ ਕਿ ਕੁਝ ਬੰਦਿਆਂ ਨੂੰ ਜਿਹੜਾ ਇਸੇ ਨਾਲ ਨੁਕਸਾਨ ਹੋ ਸਕਦਾ ਹੈ ਹਰੇ ਮਟਰਾਂ ਦੇ ਨਾਲ ਇੱਕ ਤਾਂ ਜਿਨ੍ਹਾਂ ਨੂੰ ਐਸਜੀਡੀਟੀ ਦੀ ਸਮੱਸਿਆ ਹੈ ਤੇ ਬਾਅਦ ਹਜਮੀ ਦੀ ਸਮੱਸਿਆ ਹੈ ਉਹਨਾਂ ਲੋਕਾਂ ਨੂੰ ਦੱਸਿਆ ਗਿਆ ਕਿ ਹਰੇ ਮਟਰ ਦਾ ਜਿਹੜਾ ਸੇਵਨ ਬਿਲਕੁਲ ਨਾ ਕਰਨ। ਇਹਦੇ ਨਾਲ ਜਿਹੜੀ ਚਾਹਨਕ ਪੇਟ ਦੇ ਵਿੱਚ ਗੈਸ ਵੱਜ ਸਕਦੀ ਹੈ। ਤੇ ਜਿਨ੍ਹਾਂ ਲੋਕਾਂ ਦਾ ਭਾਰ ਪਹਿਲਾਂ ਹੀ ਜ਼ਿਆਦਾ ਹੈ ਜਾਂ ਜਿਹੜੇ ਮੂਟਾ ਨਹੀਂ ਹੋਣਾ ਚਾਹੁੰਦੇ ਉਹ ਲੋਕ ਵੀ ਜਿਹੜੇ ਇਹ ਹਰੇ ਮਟਰ ਖਾਣ ਤੋਂ ਬਚਣ ਤੇ ਲਾਸਟ ਵਿੱਚ ਇਹ ਹੈ ਜੀ ਜਿਨ੍ਹਾਂ ਲੋਕਾਂ ਨੂੰ ਗੁਰਦਿਆਂ ਦੀ ਸਮੱਸਿਆ ਹੈ। ਪ੍ਰੋਟੀਨ ਇਹਦੇ ਵਿੱਚ ਮਟਰਾਂ ਦੇ ਵਿੱਚ ਕਾਫੀ ਪਾਇਆ ਜਾਂਦਾ ਹੈ ਜੇ ਕਿਸੇ ਨੂੰ ਕਿਡਨੀ ਦੀ ਸਮੱਸਿਆ ਹੈ ਤਾਂ ਜਿਹੜਾ ਇਸ ਦਾ ਸੇਵਨ ਨਾ ਕਰੇ ਤੇ ਨਾਲ ਹੀ ਜਿਹੜਾ ਯੂਰਿਕ ਐਸਿਡ ਹੈ ਜੀ ਜਿਹਨਾਂ ਦਾ ਵਾਧਾ ਹੈ ਤੋ ਵੀ ਜਿਹੜੀ ਇਸ ਦੀ ਵਰਤੋਂ ਨਾ ਕਰਨ। ਹੁਣ ਜਿਹੜੀ ਤੁਹਾਨੂੰ ਖਬਰ ਦੱਸਣ ਜਾ ਰਹੇ ਹਾਂ ਇੱਕ ਬਹੁਤ ਵਧੀਆ ਖਬਰ ਹੈ ਹੁੰਦਾ ਕੀ ਹੈ ਕਿ ਕਈ ਵਾਰ ਜਿਹੜੇ ਘੱਟ ਪੜੇ ਲਿਖੇ ਲੋਕ ਆਪਾਂ ਇਹ ਨਹੀਂ ਕਹਿ ਸਕਦੇ ਕਿ ਪੜ੍ਹਨ ਲਿਖਣ ਦੇ ਨਾਲ ਕਈ ਵਾਰ ਬੰਦੇ ਨੂੰ ਜ਼ਿਆਦਾ ਜਾਣਕਾਰੀ ਹੋ ਜਾਂਦੀ ਹੈ ਇੱਥੇ ਇਹ ਕਹਿਣ ਦਾ ਮਤਲਬ ਇਹ ਹੈ ਕਿ ਜਿਨ੍ਹਾਂ ਲੋਕਾਂ ਨੂੰ ਕਈ ਵਾਰ ਜ਼ਿਆਦਾ ਸਮਝ ਨਹੀਂ ਹੁੰਦੀ ਮੋਬਾਈਲ ਦੀ ਜਿੱਦਾਂ ਕੀ ਕੋਈ ਜਿੱਦਾਂ ਉਮਰ ਦੇ ਸਾਹ ਦੇ ਨਾਲ ਆਪਾਂ ਗੱਲ ਕਰੀਏ ਤੇ ਕਈ ਲੋਕ ਜਿਹੜੇ ਹੁੰਦੇ ਹਨ ਐਕਸਪਰਟ ਹੁੰਦੇ ਹਨ ਮੋਬਾਈਲ ਦੇ ਵਿੱਚ ਹਰ ਤਰ੍ਹਾਂ ਦੇ ਕੰਮ ਕਰਦੇ ਹਨ। ਹੁਣ ਜਿਹਨਾਂ ਲੋਕਾਂ ਨੂੰ ਜਿਹੜੀ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ ਉਹਨਾਂ ਦੇ ਵਾਸਤੇ ਜਦੋਂ WhatsApp ਜਾਂ ਕੋਈ ਫੋਨ ਵਗੈਰਾ ਚੇਂਜ ਕਰਨਾ ਹੈ ਜਾਂ ਕੋਈ WhatsApp ਦੇ ਨੰਬਰ ਕਿਸੇ ਦਾ ਸੇਵ ਕਰਨਾ ਹੈ ਤਾਂ ਉਹਦੇ ਵਿੱਚ ਉਹਨਾਂ ਨੂੰ ਜਿਹੜਾ ਨੰਬਰ ਸੇਵ ਕਰਨਾ ਪੈਂਦਾ ਸੀ ਹੁਣ WhatsApp ਜਿਹੜਾ ਹੈ ਜੀ ਇੱਕ ਨਵਾਂ ਜਿਹੜਾ ਅਪਡੇਟ ਲੈ ਕੇ ਸਾਹਮਣੇ ਆ ਰਿਹਾ ਹੈ ਜਿਹਦੇ ਨਾਲ ਦੱਸਿਆ ਗਿਆ ਹੈ ਕਿ ਜਿਹੜਾ ਸਾਰਾ ਸਿਸਟਮ ਹੀ ਚੇਂਜ ਹੋ ਜਾਵੇਗਾ ਇਹਦੇ ਆਉਣ ਦੇ ਨਾਲ ਜਿਹੜੇ ਯੂਜ਼ਰ ਹਨ ਉਹਨਾਂ ਨੂੰ ਹੁਣ ਐਪ ਦੇ ਵਿੱਚ ਕਿਸੇ ਦਾ ਵੀ ਨੰਬਰ ਸੇਵ ਕਰਨ ਦੀ ਕੋਈ ਲੋੜ ਨਹੀਂ ਪਵੇਗੀ ਐਪ ਦੇ ਰਾਹੀਂ ਸਿੱਧਾ ਹੀ ਨੰਬਰ ਡਾਇਲ ਕਰਨਾ ਹੈ ਜਾਂ ਤੁਸੀਂ ਮੈਸੇਜ ਜਾਂ ਕਾਲ ਜਿਹੜੀ ਸਿੱਧੀ ਹੀ ਕਰ ਸਕਦੇ ਹੋ। ਇਹ ਫੀਚਰ ਜਿਹੜਾ ਬਹੁਤ ਜਲਦੀ ਮਿਲਦਾ ਹੈ ਤੇ ਬਹੁਤ ਵਧੀਆ ਗੱਲ ਹੈ। ਬਾਕੀ ਇੱਕ ਸਵਾਲ ਪੁੱਛਿਆ ਗਿਆ ਸੀ ਕਿ ਪਾਸਪੋਰਟ ਜਿਹੜਾ ਹੈ ਜੀ ਸਰੈਂਡਰ ਕਿਨੇ ਟਾਈਮ ਦੇ ਵਿੱਚ ਹੋ ਜਾਂਦਾ ਹੈ? ਸਰੈਂਡਰ ਦਾ ਮਤਲਬ ਹੁੰਦਾ ਹੈ ਕਿ ਜਿਹੜਾ ਪਾਸਪੋਰਟ ਆਪਾਂ ਸਰਕਾਰ ਨੂੰ ਵਾਪਸ ਕਰ ਦਈਏ ਜਾਂ ਕੈਂਸਲ ਕਰਵਾਉਣਾ। ਤੁਸੀਂ ਇਸ ਤਰ੍ਹਾਂ ਵੀ ਇਸ ਨੂੰ ਕਹਿ ਸਕਦੇ ਹੋ, ਹੁਣ ਸਰੈਂਡਰ ਉਹਨਾਂ ਹਾਲਤਾਂ ਦੇ ਵਿੱਚ ਪਾਸਪੋਰਟ ਕੀਤਾ ਜਾਂਦਾ ਹੈ ਜਦੋਂ ਬੰਦੇ ਦੇ ਕੋਲ ਇਟਾਲੀਨ ਸਿਟੀਜ਼ਨਸ਼ਿਪ ਆ ਜਾਂਦੀ ਹੈ। ਤੇ ਜਿਹੜਾ ਕੋਈ ਬੰਦਾ ਪਾਸਪੋਰਟ ਸਰੈਂਡਰ ਨਹੀਂ ਕਰਾਉਂਦਾ ਇੰਡੀਅਨ ਪਾਸਪੋਰਟ ਵੀ ਆਪਣੇ ਕੋਲ ਰੱਖਦਾ ਹੈ। ਤੇ ਵਿਰੋਣ ਵਾਲੇ ਟਾਈਮ ਦੇ ਵੀ ਜਿਹੜੀ ਉਸ ਦੇ ਵਾਸਤੇ ਵੱਡੀ ਸਮੱਸਿਆ ਆ ਸਕਦੀ ਹੈ ਉਸ ਨੂੰ ਜੁਰਮਾਨਾ ਵਗੈਰਾ ਵੀ ਲੱਗ ਸਕਦਾ ਹੈ। ਸੋ ਪਾਸਪੋਰਟ ਸਰੈਂਡਰ ਕਰਉਣਾ ਉਸ ਟਾਈਮ ਜ਼ਰੂਰੀ ਬਣ ਜਾਂਦਾ ਜੇ ਇਸ ਟਾਈਮ ਤੁਹਾਨੂੰ ਇਟਾਲੀਅਨ ਸਿਟੀਜ਼ਨਸ਼ਿਪ ਮਿਲਦੀ ਹੈ। ਇਹਦੇ ਵਾਸਤੇ ਜਿਹੜਾ ਸਮਾਂ ਹੈ ਜੀ ਤੁਹਾਨੂੰ ਪ੍ਰੈਕਟੀਕਲ ਤੌਰ ਤੇ ਮਤਲਬ ਕਿ ਬਹੁਤੇ ਬੰਦਿਆਂ ਦੇ ਜਿਹੜੇ ਅਨੁਭਵ ਹਨ ਜਿਨ੍ਹਾਂ ਲੋਕਾਂ ਨੂੰ ਸਿਟੀਜ਼ਨਸ਼ਿਪ ਮਿਲੀ ਹੈ ਇਹ ਜਿਹੜੀ ਜਾਣਕਾਰੀ ਹੈ ਜੀ ਕਿਤਾਬਾਂ ਦੇ ਵਿੱਚੋਂ ਪੜ੍ਹ ਕੇ ਨਹੀਂ ਦਿੱਤੀ ਜਾਂਦੀ ਬਾਕਾਇਦਾ ਇਹਦੇ ਵਾਸਤੇ ਜਿਹੜਾ ਪ੍ਰੈਕਟੀਕਲ ਵੀ ਕੀਤਾ ਜਾਂਦਾ ਹੈ। ਪ੍ਰੈਕਟੀਕਲ ਦੇ ਹਿਸਾਬ ਦੇ ਨਾਲ ਜੇ ਤੁਸੀਂ ਜਿਹਦਾ ਕਿ ਇੱਕ ਬੰਦਾ 18 ਸਾਲ ਤੋਂ ਉੱਪਰ ਦੀ ਉਮਰ ਦਾ ਹੈ ਤਾਂ ਉਹਦਾ ਜਿਹੜਾ ਨਾਰਮਲ ਟਾਈਮ ਹੈ ਜੀ 5 ਕੁ ਮਹੀਨੇ ਤੁਸੀਂ ਮੰਨ ਕੇ ਚੱਲ ਸਕਦੇ ਹੋ ਕਿ 5 ਕੁ ਮਹੀਨੇ ਸਾਢੇ 4-5 ਮਹੀਨਾ ਜਿਹੜਾ ਟਾਈਮ ਹੈ ਜੀ ਇੱਕ ਨਾਰਮਲ ਲੱਗ ਜਾਂਦਾ ਹੈ ਪਾਸਪੋਰਟ ਸਰੈਂਡਰ ਹੋਣ ਦੇ ਵਿੱਚ ਤੇ ਘਰ ਆਉਣ ਤੱਕ ਮਤਲਬ ਕੈਂਸਲ ਹੋ ਕੇ ਕਿਉਂਕਿ ਉਹ ਤੁਹਾਨੂੰ DHL ਦੇ ਥਰੂ ਹੀ ਭੇਜਦੇ ਹਨ ਹਾਂ ਜੀ ਤੁਹਾਡੇ ਨਾਲ ਕਿਸੇ ਬੱਚੇ ਨੇ ਵੀ ਪਾਸਪੋਰਟ ਸਰੈਂਡਰ ਕਰਾਉਣਾ ਹੈ ਜਿੱਦਾਂ ਕਿ ਜਿਹਨੂੰ ਸਿਟੀਜ਼ਨਸ਼ਿਪ ਮਿਲੀ ਹੋਵੇ ਤੇ ਉਮਰ 18 ਸਾਲ ਤੋਂ ਘੱਟ ਹੋਵੇ ਜਿਹੜਾ ਉਹਨਾਂ ਦਾ ਪਾਸਪੋਰਟ ਹੁੰਦਾ ਹੈ ਬੱਚੇ ਦਾ ਉਹ ਜਿਹੜਾ ਬਹੁਤ ਜਲਦੀ ਮਿਲ ਜਾਂਦਾ ਹੈ ਬੱਚਿਆਂ ਦੇ ਪਾਸਪੋਰਟ ਤਾਂ ਕਈ ਵਾਰ 2 ਮਹੀਨੇ ਦੇ ਵਿੱਚ ਵੀ ਵਾਪਸ ਆ ਜਾਂਦੇ ਹਨ ਬਾਕੀ ਗੱਲ ਕਰ ਲਈਏ 스ਪੈਡ ਦੀ 스ਪੈਡ ਉਹਨਾਂ ਲੋਕਾਂ ਦੇ ਵਾਸਤੇ ਬਣਾਉਣਾ ਇੱਕ ਜ਼ਰੂਰੀ ਉਹ ਬਲੀਗਾ ਤੋਰੀਓ ਹੈ ਜਿਹੜੇ ਲੋਕ ਹੁਣ ਚੀਤਾ ਦੀ ਨਾਂਸਾ ਦੇ ਵਾਸਤੇ ਅਪਲਾਈ ਕਰਨਾ ਚਾਹੁੰਦੇ ਹਨ ਇੱਥੇ ਇੱਕ ਚੀਜ਼ ਦਾ ਹੋਰ ਖਿਆਲ ਰੱਖਣਾ ਹੈ ਕਿ 스ਪੈਡ ਜਿਹੜੇ ਹਨ ਜਿੰਨੇ ਬੰਦੇ ਚੀਤਾ ਦੀ ਨਾਂਸਾ ਅਪਲਾਈ ਕਰਨਗੇ ਜਿਹੜਾ 스ਪੈਡ ਹੈ ਜੀ ਆਪੋ ਆਪਣਾ ਹੋਣਾ ਚਾਹੀਦਾ ਹੈ ਜੇ ਤੁਸੀਂ ਇਸ ਤਰ੍ਹਾਂ 스ਪੈਡ ਆਪਣਾ ਬਣਾਉਦੇ ਹੋ ਹਰ ਬੰਦਾ ਆਪੋ ਆਪਣਾ ਤੇ ਵਧੀਆ ਗੱਲ ਹੈ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਨੈਕਸਟ ਵੀਡੀਓ ਲੈ ਕੇ ਫਿਰ ਮਿਲਦੇ ਹਾਂ ਜੀ ਵੀਡੀਓ ਦੇਖੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ